ਕਿਵੇਂ ਦਾ ਮਹਿਸੂਸ ਹੋ ਰਿਹਾ ਹੈ? ਤੁਸੀਂ ਪੂਰਾ ਰਾਊਂਡ ਵੀ ਕੱਟ ਕੇ ਆ ਰਹੇ ਹੋ, ਲੋਕਾਂ ਵੱਲੋਂ ਕੀ ਰਿਸਪੌਂਸ? ਦੇਖੋ, ਅੱਜ ਵੋਟਿੰਗ ਮਸ਼ੀਨ ਦੇ ਉੱਤੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਹੈ, ਨੰਬਰ 1 ਦੇ ਉੱਤੇ ਹੈ, ਅਤੇ ਅੱਜ ਤਰੀਕ ਵੀ ਪਹਿਲੀ ਹੈ, ਔਰ ਕਿਉਂਕਿ ਪਹਿਲੀ ਪਹਿਲੀ ਦਾ ਜਿਹੜਾ ਕੰਬੀਨੇਸ਼ਨ ਆ ਆਪਸ ਦੇ ਵਿੱਚ ਜੁੜ ਰਿਹਾ, ਤਾਂ ਮੈਨੂੰ ਲੱਗਦਾ ਕਿ ਆਪਾਂ ਆਵਾਂਗੇ ਵੀ ਪਹਿਲੇ ਨੰਬਰ 'ਤੇ। ਸਰ ਸਰ, ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਹੈ, ਆਮ ਆਦਮੀ ਪਾਰਟੀ ਸਰਕਾਰ ਹੈ, ਬੇਸ਼ੱਕ ਤੁਸੀਂ ਸਰਕਾਰ ਨੂੰ ਛੱਡ ਕੇ ਬੀਜੇਪੀ 'ਚ ਆਏ ਹੋ, ਲੱਗਦਾ ਹੈ ਕਿ ਸਰਕਾਰ ਦਾ ਕਿਤੇ ਨਾ ਕਿਤੇ ਦਬਾਅ ਰਹੇਗਾ ਕਿਤੇ ਨਾ ਕਿਤੇ, ਕਿਉਂਕਿ ਉਹਨਾਂ ਨੇ 13-0 ਦੀ ਵੀ ਗੱਲ ਕੀਤੀ? ਦੇਖੋ, ਸਰਕਾਰ ਨੇ ਬਹੁਤ ਦਬਾਅ ਬਣਾਇਆ ਪਿਛਲੇ ਬੜੇ ਦਿਨਾਂ ਤੋਂ। ਕੱਲ੍ਹ ਇਹਨਾਂ ਨੇ ਨਜਾਇਜ਼ ਰੇਡਸ ਆ ਜਿਹੜੀਆਂ ਸਾਡੇ ਵਰਕਰਾਂ ਦੇ ਘਰਾਂ ਦੇ ਵਿੱਚ ਕੀਤੀਆਂ, ਲਗਾਤਾਰ ਅੰਡਰ ਪ੍ਰੈਸ਼ਰ ਕੀਤਾ ਜਾ ਰਿਹਾ, ਪਿੰਡਾਂ ਥਾਵਾਂ ਦੇ ਵਿੱਚ ਜ਼ਬਰਦਸਤੀ ਸਾਡੇ ਜਿਹੜੇ ਕਾਰਜਕਰਤਾ ਉਹਨਾਂ ਦੀਆਂ ਦੁਕਾਨਾਂ 'ਤੇ ਝੰਡੇ ਲਗਾਏ ਜਾ ਰਹੇ ਆ, ਕਿਸੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ, ਕਿਸੇ ਨੂੰ ਡਰਾਇਆ ਜਾ ਰਿਹਾ। ਸੋ ਬਹੁਤ ਦਬਾਅ ਹੈ ਜਿਹੜਾ ਅੱਜ ਸਰਕਾਰ ਨੇ, ਜੋ ਕੁਛ ਸਰਕਾਰ ਕਰ ਸਕਦੀ ਸੀ ਉਹਨੇ ਹਰ ਹੀਲਾ ਕੀਤਾ ਆ, ਪੈਸੇ ਵੀ ਵੰਡੇ ਆ, ਸਾਧਨ ਵੀ ਵੰਡੇ ਆ, ਬਹੁਤ ਕੁਛ ਕੀਤਾ, ਪਰ ਮੈਨੂੰ ਲੱਗਦਾ ਕਿ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਹੈ ਜਿਹੜੀ 2 ਲੱਖ ਵੋਟ ਤੋਂ ਵੀ ਥੱਲੇ ਰਹਿ ਜਾਏਗੀ। ਦੇਖੋ, ਡੇਰਾ ਬੱਲਾਂ ਨੂੰ ਕੋਈ ਬਦਨਾਮ ਨਹੀਂ ਕਰ ਸਕਦਾ, ਡੇਰਾ ਬੱਲਾਂ ਦਾ ਪੂਰਾ ਆਸ਼ੀਰਵਾਦ ਮੇਰੇ ਨਾਲ ਹੈ, ਪੋਸਟਰ ਦੀ ਗੱਲ ਦਾ ਤਾਂ ਮੈਨੂੰ ਪਤਾ ਨਹੀਂ, ਪਰ ਕਿਉਂਕਿ ਜਿਸ ਤਰੀਕੇ ਦੇ ਨਾਲ ਬਾਬਾ ਜੀ ਨੇ ਮੈਨੂੰ ਜਿਹੜੀਆਂ ਗੱਲਾਂ ਕਹੀਆਂ ਸਨ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਕਹੋ ਕਿ ਏਅਰਪੋਰਟ ਦਾ ਨਾਮ ਹੈ ਗੁਰੂ ਰਵਿਦਾਸ ਮਹਾਰਾਜ ਦੇ ਨਾਮ 'ਤੇ ਰੱਖਿਆ ਜਾਵੇ, ਤੁਗਲਕਬਾਦ ਦਾ ਜਿਹੜਾ ਮੰਦਿਰ ਬਣਾਇਆ ਜਾਵੇ, ਉਹ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਸਾਹਿਬ ਤੱਕ ਜਿਹੜੀਆਂ ਅਸੀਂ ਪਹੁੰਚਾਈਆਂ, ਤਾਂ ਉਹਨਾਂ ਨੇ ਸਟੇਜ ਦੇ ਉੱਤੋਂ ਇਸ ਗੱਲ ਦਾ ਸੰਕਲਪ ਲਿਆ ਕਿ ਦੋਨੋਂ ਜਿਹੜੀਆਂ ਡਿਮਾਂਡਸ ਆ ਰਵਿਦਾਸੀਆ ਭਾਈਚਾਰੇ ਦੀਆਂ, ਇਹ ਪੂਰੀਆਂ ਕੀਤੀਆਂ ਜਾਣਗੀਆਂ। ਤਾਂ ਜਦੋਂ ਸੰਤਾਂ ਦੇ ਕਹੇ ਹੋਏ ਬਚਨ ਆ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਪੂਰੇ ਕਰ ਰਹੇ ਆ, ਤਾਂ ਫਿਰ ਸੰਤ ਸਮਾਜ ਖੁਸ਼ ਕਿਉਂ ਨਾ ਹੋਏਗਾ? ਅਗਰ ਸੰਤ ਸਮਾਜ ਖੁਸ਼ ਹੈ, ਭਾਰਤੀ ਜਨਤਾ ਪਾਰਟੀ ਔਰ ਪ੍ਰਧਾਨ ਮੰਤਰੀ ਦੇ ਕਾਰਜ ਪ੍ਰਣਾਲੀ ਤੋਂ ਖੁਸ਼ ਹੈ, ਤਾਂ ਫਿਰ ਕਿਸੇ ਨੂੰ ਤਕਲੀਫ ਕਿਸ ਗੱਲ ਦੀ ਹੈ? ਅੱਛਾ, ਇੱਕ ਤੁਹਾਡੀ ਪਤਨੀ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਦਾ ਕੋਈ ਗ੍ਰਾਫ ਨਹੀਂ ਹੈ ਪੰਜਾਬ ਦੇ ਵਿੱਚ, ਕਿਉਂਕਿ ਇੱਕ ਪਾਸੇ ਤਾਂ ਕਿਸਾਨ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ, ਵਿਰੋਧ ਕਰ ਰਹੇ ਨੇ, ਦੂਸਰੇ ਪਾਸੇ ਕਹਿੰਦੇ ਕਿ ਲੋਕ ਵੀ ਜਿਹੜੇ ਨੇ ਉਹ ਸਾਡੀ ਸਰਕਾਰ ਦੇ ਜਿਹੜੇ ਅਸੀਂ ਉਪਰਾਲੇ ਕੀਤੇ ਉਹਨੂੰ ਦੇਖ ਕੇ ਵੋਟ ਕਰਦੇ। ਚਲੋ, ਗੱਲ ਹੈ ਕਿ ਉਹ ਸੋਚਦੇ ਆ ਕਿ ਤੁਹਾਡੇ ਮਾਧਿਅਮ ਤੋਂ, ਮੀਡੀਆ ਦੇ ਮਾਧਿਅਮ ਤੋਂ ਸ਼ਾਇਦ ਕੁਛ ਬਿਆਨ ਇੱਦਾਂ ਦੇ ਕੇ ਸ਼ਾਮ ਤੱਕ ਕੁਛ ਵੋਟਾਂ ਬਟੋਰ ਲੈਣਗੇ, ਪਰ ਨਹੀਂ, ਲੋਕ ਮਨ ਬਣਾਈ ਬੈਠੇ ਆ। ਚੰਨੀ ਸਾਹਿਬ ਹੈ ਜਿਹੜੇ ਅੱਜ ਲੋਕਾਂ ਨੇ ਪੋਸਟਰ ਲਾਏ ਆ ਕਿ 122 ਕਿਲੋਮੀਟਰ ਚਮਕੌਰ ਸਾਹਿਬ ਹੈ। ਸੋ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਜਲੰਧਰ ਰਾਹੀਂ ਜਿਹੜਾ ਕੈਂਡੀਡੇਟ ਆ ਉਹਨੂੰ ਜਿਤਾਉਣ ਲਈ ਜਿਹੜੀਆਂ ਪੂਰੀਆਂ ਅੱਜ ਉਜਾਗਰ ਹੋ ਚੁੱਕੀਆਂ। ਸੁਨੀਤਾ ਰਿੰਕੂ ਹੋਣਾ ਦੀ ਵੀਡੀਓ ਵੀ ਵਾਇਰਲ ਹੋਈ ਸੀ, ਇਹ ਵੀ ਆਰੋਪ ਲੱਗੇ ਨੇ ਕਿ ਪੰਚਵਟੀ ਮੰਦਿਰ ਦੇ ਵਿੱਚ ਜਿਹੜੇ ਸੂਟ ਵੰਡ ਕੇ ਵੋਟਾਂ ਜਿਹੜੀਆਂ ਬਟੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਇੱਕ ਮਹਿਲਾ ਦੇ ਵੱਲੋਂ ਫੇਸਬੁੱਕ ਤੇ ਲਾਈਕ ਕੀਤਾ ਗਿਆ ਸੀ, ਇਹਨੂੰ ਕਿਵੇਂ ਦੇਖ? ਦੇਖੋ, ਮੰਦਿਰ ਦੇ ਵਿੱਚ ਕੋਈ ਸੂਟ ਨਹੀਂ ਵੰਡ ਸਕਦਾ, ਮੰਦਿਰ ਦੇ ਵਿੱਚ ਤਾਂ ਲੋਕ ਆਸ਼ੀਰਵਾਦ ਲੈਣ ਦੀ ਜਾਂਦੇ ਆ, ਸੂਟਾਂ ਵਾਲੀ ਗੱਲ ਹੈ, ਸ਼ਾਇਦ ਕੋਈ ਸਭਾ ਦਾ ਪ੍ਰੋਗਰਾਮ ਜਾਂ ਕੋਈ ਚੱਲਦਾ ਹੋਊਗਾ, ਇਹਦੇ ਨਾਲ ਸਾਡਾ ਕਿਸੇ ਵੀ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਾਡਾ ਮੁਕਾਬਲਾ ਸਾਡੇ ਨਾਲ ਹੀ ਹੈ, ਅਸੀਂ ਜਿੰਨੀ ਮਿਹਨਤ ਕਰ ਲਵਾਂਗੇ ਉਨੀ ਲੀਡ ਵਧਾ ਲਾਂਗੇ।